ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡੇ ਨਾਲ ਅੱਜ ਇੱਕ ਹੋਰ ਪਾਸਪੋਰਟ ਸਕਸੈਸ ਸਟੋਰੀ ਜਿਹੜੀ ਹੈਗੀ ਸ਼ੇਅਰ ਕਰਦੇ ਹਾਂ। ਇਹ ਵੀਰ ਗੁਰਵਿੰਦਰ ਸਿੰਘ ਜੋ ਮੋਗਾ ਤੋਂ ਹੈਗੇ ਨੇ ਧਰਮਕੋਟ ਏਰੀਆ 'ਚੋਂ, ਅਤੇ ਤੁਹਾਡੇ ਨਾਲ ਦੱਸਣਗੇ ਕਿ ਆਪਣਾ ਐਕਸਪੀਰੀਅੰਸ ਜਿਹੜਾ ਹੈਗਾ ਕਿੱਦਾਂ ਦਾ ਰਿਹਾ, ਅਤੇ ਬਾਕੀ ਇਹਨਾਂ ਨੂੰ ਫਾਈਲ ਦੇ ਵਿੱਚ ਕਿਵੇਂ ਕਿਵੇਂ ਜਿਹੜਾ ਸਾਰਾ ਪ੍ਰੋਸੀਜਰ ਸਭ ਜਿਹੜਾ ਹੈਗਾ ਆਪੇ ਦੱਸਣਗੇ। ਥੈਂਕ ਯੂ ਸਰ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਵਿੰਦਰ ਸਿੰਘ ਮਨੇਸ, ਮੈਂ ਮੋਗਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ। ਮੈਂ ਆਪਣੀ ਫਾਈਲ ਸਪੋਂਸਰ ਵੀਜ਼ਾ ਦੀ 16 ਨਵੰਬਰ 2019 ਨੂੰ ਗਲੋਬਲ ਐਕਸੈਸਿਟੀ ਤੋਂ ਅਸੈਸ ਕਰਵਾਈ ਸੀ। ਅੱਜ ਮੈਂ ਆਪਣਾ ਪਾਸਪੋਰਟ ਅਬਾਊਟ 6 ਮੰਥ ਦੇ ਵਿੱਚ ਰਿਸੀਵ ਕਰ ਲਿਆ, ਅਤੇ ਮੈਨੂੰ ਇਹਨਾਂ ਦਾ ਐਕਸਪੀਰੀਅੰਸ ਬਹੁਤ 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 ਵਧੀਆ ਲੱਗਾ। ਕੋਈ ਇੰਨਾ ਜ਼ਿਆਦਾ ਗੇੜੇ ਨਹੀਂ ਮਰਵਾਏ, ਜਿੰਨੀ ਕੁ ਮੈਂ ਇਹਦੇ ਲਈ ਗਿਆ ਸੀ ਉਸ ਤੋਂ ਵੱਧ ਕੇ ਰਿਸਪੋਂਸ ਮਿਲਿਆ। ਤੁਸੀਂ ਵੀ ਜੇ ਆਪਣਾ ਸਪੋਂਸ ਵੀਜ਼ਾ ਪ੍ਰੋਸੈਸ ਕਰਵਾਉਣਾ ਚਾਹੁੰਦੇ ਹੋ ਜਾਂ ਤੁਹਾਡੀ ਕੋਈ ਪ੍ਰੀਵੀਅਸ ਰਿਫਿਊਜ਼ਲ ਹੈ, ਤਾਂ ਇੱਕ ਵਾਰ ਇਹਨਾਂ ਦੀ ਟੀਮ ਨੂੰ ਜ਼ਰੂਰ ਮਿਲੋ, ਨਾਰਾਜ਼ ਨਹੀਂ ਜਾਓ। ਥੈਂਕ ਯੂ।